लाइव करके राती राती भेज ले।
हमारी जियो पिंड सब तेरा कहो नानक सब तेरी वडियाई कोई नाउ न जाने मेरा वाहिगुरु बोलना जी सतनाम श्री वाहिगुरु साहिब जियो अरदास ओंकार श्री वाहिगुरु जी की फतेह भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई त्याए फिरंगद गुर ते अमरदास रामदास हुई सहाय अर्जन हर गोविंदनो सिमरों श्री हर राय श्री हर कृष्ण त्याई सब दुख जाए तेग बहादुर सिमरिया कर नाव निधावै ताए सब थाई हुणा जी सहाय दसवां पातशाह जो धन सतगुरां दे साजे पंज प्यारे चार साहबजादे चाली मुक्तियां हठियां जपियां तपियां समूह शहीदा सिंघा महापुरशां पचंग फौजां दी कमाई दा ध्यान तरके बोलो जी नानक
ਸਤਿਗੁਰੂ ਤਿੰਨਾ ਮਿਲਾ ਜਿਨ ਧੁਰੋ ਪਿਆ ਸੰਯੋਗ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦੋਹਾਂ ਪਰਿਵਾਰਾਂ ਦੇ ਸੰਯੋਗ ਮਿਲਾਏ ਹਨ ਸਤਿਗੁਰੂ, ਮਿਲੇ ਹੋਏ ਸੰਯੋਗਾਂ ਦਾ ਸਦਕਾ ਐਸ ਵੇਲੇ ਦੋਹਾਂ ਪਰਿਵਾਰਾਂ ਦੇ ਮਿਲਣੀ ਦੀ ਰਸਮ ਅਦਾ ਹੋਣ ਲੱਗੀ ਹੈ। ਸਤਿਗੁਰੂ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਮਿਲਣੀ ਦੀ ਰਸਮ ਅਦਾ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਸੇਵਕ ਪਰਿਵਾਰਾਂ ਦੇ ਰਹਿੰਦੇ ਹੋਏ ਕਾਰਜ ਆਪ ਜੀ ਨੇ ਨਿਰਵਿਘਨ ਸੰਪੂਰਨ ਕਰਵਾਉਣੇ। ਦੋਹਾਂ ਪਰਿਵਾਰਾਂ ਵਿੱਚ ਪਰਸਪਰ ਪਿਆਰ ਦੀ ਬਖਸ਼ਿਸ਼ ਕਰਨੀ। ਆਉਣ ਵਾਲੇ ਸਮੇਂ ਦੋਹਾਂ ਪਰਿਵਾਰਾਂ ਨੂੰ ਸੁਭਾਗਾ ਅਤੇ ਚੜ੍ਹਦੀ ਕਲੇ ਵਾਲੇ ਬਖਸ਼ਿਸ਼ ਕਰਨੇ। ਕਿਰਪਾ ਕਰੋ ਜੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਦੋਹਾਂ ਪਰਿਵਾਰਾਂ ਨੂੰ ਮਿਲਣੀ ਦਰਸ਼ਮ ਅਦਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੁਖੋ ਵਹਿ ਨਾਮ ਚਿੱਤਾ ਵੈ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾਈ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਕਲ ਜੀ ਫਾੜੇ ਅੱਗੇ ਜੀ, ਇੱਥੇ ਖੜ ਜਾਓ, ਹਾਰ ਫੜ ਕੇ, ਹਾਰ ਸਹੀ ਤਰ੍ਹਾਂ ਫੜੋ ਜੀ, ਹਾਰ ਸਹੀ ਕਰਕੇ ਫੜ ਲਓ। ਕੁੜੀ ਨੂੰ
ਇੱਥੇ ਰੁਕ ਲਓ ਜੀ, ਇੱਥੇ ਆਜੋ ਆਪਣੇ ਭਾਜੀ ਸ਼ਾਮੀ ਆਓ, ਇੱਥੇ ਸ਼ਾਮੀ ਆ ਜਾ ਕਰੋ। ਆਹ
Thank you.
Thank you.
ਸਾਡੀ ਲੈਡ ਉੱਪਰ ਲੱਗੀ ਹੋਈ ਹੈ ਉਹ ਲੈ ਲਓ ਉੱਪਰ ਲੱਗੀ ਹੈ ਉੱਪਰ ਲੱਗੀ ਹੋਈ ਹੈ ਨਾ ਇਹ ਕਾਟ ਜਾ ਲਾ ਬੈਗ ਮੇਰੇ ਕੋਲ ਜੇ ਬੋਟਲ ਕਿੱਥੇ ਆ ਆਪਾਂ ਫਿਰ ਨਹੀਂ ਜਾਣ ਦੇਣਾ ਹਾਂ ਥੋੜਾ ਸਾਈਡ ਤੇ ਹੋ ਜਾ ਤੁਸੀਂ ਸਭ ਤੋਂ ਆਰਾਮ ਦੀ ਖਿਆਲ ਇਸ ਵਾਰ ਸ਼ੁਰੂ ਹੋ ਲੋ ਦੇ ਵਾਲੀ ਆਂਟੀ ਜੀ ਚੱਕ ਲਓ ਚੇਅਰ ਤੇ ਤੁਸੀਂ ਬੈਠੋ ਇੱਥੇ ਨਾਲ ਚੇਅਰ ਤੇ ਬੈਠੋ ਤੁਸੀਂ ਇੱਕ ਮਿੰਟ ਪੜ੍ਹਦੇ ਤੁਸੀਂ ਦੱਸੋ ਮੈਂ ਉਹੀ ਕਹਿ ਰਿਹਾ ਇੱਕ ਮਿੰਟ ਪਾਣੀ ਕੱਟ ਲਈ ਪਲੀਜ਼ ਸਾਡੀ ਬੈਠਿਓ ਇੱਕ ਮਿੰਟ ਬੈਠੋ ਇੱਕ ਮਿੰਟ ਬੈਠੋ ਆ ਜਾਓ ਬੈਕ ਸਾਈਡ ਆ ਜਾਓ ਤੁਸੀਂ ਸਾਰੇ ਨਾਲ ਆਜੋ ਪਲੀਜ਼ ਸਾਰੇ ਨਾਲ ਸਾਈਡ ਤੇ ਰੱਖ ਲਓ ਮੈਂ ਤਾਂ ਸੁਣਿਆ ਜੀ ਹਾਂਜੀ ਓਕੇ ਪਲੀਜ਼ ਸਾਹਮਣੇ ਦੇਖਿਓ ਥੋੜ੍ਹੇ ਨਾਲ ਹੋ ਜਾਓ ਮੈਡਮ ਪਲੀਜ਼ ਦੇਖਿਓ ਸਾਹਮਣੇ ਠੀਕ ਹੈ ਜੀ ਹਾਂਜੀ ਓਕੇ ਪਲੀਜ਼ ਦੇਖਿਓ ਸਾਹਮਣੇ ਬਾਅਦ ਦਿਓ ਬਾਅਦ ਦਿਓ ਪਲੀਜ਼ ਦੁਬਾਰਾ ਦੇਖਿਓ ਅਡੀ ਗਰਦਨ ਸਹੀ ਰੱਖਿਓ ਆਪਣੀ ਪਲੀਜ਼ ਸਿੱਧੀ ਰੱਖਿਓ ਗਰਦਨ ਬਾਸ ਠੀਕ ਹੈ ਸਾਹਮਣੇ ਦੇਖਿਓ ਵੇਟ ਸੇਮ ਹਾਂਜੀ ਪਲੀਜ਼ ਸਾਹਮਣੇ ਦੇਖਿਓ ਪਲੀਜ਼ ਦੇਖਿਓ ਆਂਟੀ ਜੀ ਪਲੀਜ਼ ਹਾਂਜੀ ਹਾਂਜੀ ਸਾਹਮਣੇ ਦੇਖ ਲਓ ਤੁਹਾਨੂੰ ਟਾਈਮ ਵੇਸਟ ਹੋ ਰਿਹਾ ਇਹਦਾ ਰੱਖੋ ਸ਼ਗਨ ਚੋਲੀ ਆਂਟੀ ਰੁਕ ਜੋ ਆਂਟੀ ਤੁਸੀਂ ਬੈਠੇ ਰਹੋ ਬੈਠੇ ਰਹੋ ਤੁਸੀਂ ਤੁਸੀਂ ਲੈ ਜਾਓ ਹਾਂਜੀ ਮੈਡਮ ਪਰਸ ਸਾਹਮਣੇ ਦੇਖੋ ਸ਼ੁਹਾਰਾ ਲਓ ਸ਼ੁਹਾਰਾ ਲਓ ਪਰਸ ਬਣਾ ਦਿਓ ਪਰਸ ਬਣਾ ਦਿਓ ਪਰਸ ਓਕੇ ਇੱਕ ਹੱਥ ਆਪਣਾ ਲੈਫਟ ਹੈਂਡ ਦੇ ਸ਼ੋਲਡਰ ਤੇ ਘੁਮਾਓ ਇਹਨਾਂ ਦੇ ਮੋਢੇ ਦੇ ਉੱਪਰ ਦੀ ਘੁਮਾਓ ਬਸ ਹੁਣ ਇੱਕ ਬਾਈਟ ਲੈ ਲਓ ਪਲੀਜ਼ ਖਾ ਲਓ ਥੋੜਾ ਖਾ ਲਓ ਖਾ ਲਓ ਉੱਪਰ ਦੀ ਮੋਢੇ ਖਾ ਲਓ ਸਾਰਾ ਹੀ ਖਾਣਾ ਇਸੇ ਮੱਕੇ ਨਹੀਂ ਆਪਣਾ ਦਿਓ ਰਾਜੀ ਤੇ ਨਹੀਂ ਸਾਰਾ ਮੋਢੇ ਖਾਣਾ ਸਾਰਾ ਹੀ ਖਾਣਾ ਹਾਂਜੀ ਹਾਂਜੀ ਐਂਟੀ ਜੀ ਫੇਸ ਦੇ ਲਾਗੇ ਰੱਖਿਓ ਪਲੀਜ਼ ਬਸ ਇੱਥੇ ਪੂਰਾ ਸ਼ੁਹਾਰਾ ਫੜ ਲਓ ਲਾਗੇ ਰੱਖਿਓ ਥੋੜ੍ਹਾ ਜਿਹਾ ਉੱਪਰ ਕਰ ਲਓ ਉੱਪਰ ਲੈ ਜਾਓ ਹਾਂ ਥੋੜ੍ਹਾ ਜਿਹਾ ਉੱਪਰ ਲੈ ਜਾਓ ਮੋਢੇ ਲੱਗ ਜਾਓ ਹੱਥ ਮੋਢੇ ਦੇ ਉੱਪਰ ਘੁਮਾ ਲਓ ਉਹਦਾ ਚੂੜਾ ਕੇ ਠੀਕ ਹੈ ਫੇਸ ਥੋੜ੍ਹਾ ਨਾਲ ਕਰ ਲਓ ਪਲੀਜ਼ ਦੇਖਿਓ ਐਂਟੀ ਫੇਸ ਥੋੜ੍ਹਾ ਨਾਲ ਕਰ ਲਓ ਆਪਣਾ ਪਲੀਜ਼ ਇੱਕ ਫੋਟੋ ਹੋਰ ਕੱਪੜੇ ਵੀ ਰੱਖਣੇ ਸੀਗੇ ਮੋਰੇ ਹਾਂਜੀ ਰੱਖ ਦਿਓ ਰੱਖ ਦਿਓ ਨਹੀਂ ਕੋਈ ਨਹੀਂ ਇੱਕ ਮਿੰਟ ਝੋਲੀ 'ਚ ਰੱਖ ਦਿਓ ਵੀ ਚੱਕ ਲਿਓ ਹਾਂਜੀ ਹਾਂਜੀ
ਇੱਕ ਡੱਬਾ ਖੋਲ ਲਓ ਪਿੱਛੋਂ ਲੱਟੂ ਪਏ ਮੈਡਮ ਹਾਂਜੀ ਪੂਰਾ ਲੱਡੂ ਚੱਕ ਲਓ ਡੱਬਾ ਬੰਦ ਕਰ ਦਿਓ ਹਾਂਜੀ ਮੈਡਮ ਇੱਥੇ ਇੱਕ ਪਹਿਲੀ ਸ਼ੁਭਾਰ ਰੱਖਾ ਲੈ ਦਿਓ ਪਹਿਲੀ ਸ਼ੁਭਾਰ ਰੱਖ ਲਓ ਜੀ ਖਾਲੋ ਪਹਿਲੇ ਜਵਾਰਾ ਖਾਲੋ ਬਾਰਾ ਟਾਈਮ ਨਾਲ ਆਏ ਹੁਣ ਛੋੜੋ ਨਹੀਂ ਜਵਾਰਾ ਖਾਲੋ ਹਾਂਜੀ ਓਕੇ ਮੈਡਮ ਇੱਕ ਪੁਆਇੰਟ ਲੈ ਲਓ ਪਾਣੀ ਲਾਓ ਲਾ ਲਓ ਲਾ ਲਓ ਲਾ ਲਓ ਇੱਕ ਹਾਂਜੀ ਠੀਕ ਹੈ ਜੀ ਬਸ ਠੀਕ ਹੈ ਚਲੀਏ ਕਰੋ ਕਰੋ ਜੀ ਕੱਪੜੇ ਚੱਕ ਲਓ ਮਾੜੀ ਮੋਟੀ ਕੋਈ ਹੈਲਪ ਨਹੀਂ ਕਰਨ ਵਾਲਾ ਹੈਗਾ ਸੂਟ ਚੱਕ ਲਓ ਉਹ ਚਾਚੀ ਹੁਣ ਨਿਊ ਚਾਚੀ ਨੂੰ ਕਹਿਣਾ ਨਿਊ ਚਾਚੀ ਨੂੰ ਚੱਲ ਹੁਣ ਨਿਊ ਚਾਚੀ ਨੂੰ ਕਹਿ ਦੇ ਵੀ ਓਕੇ ਪਲੀਜ਼ ਥੋੜਾ ਪਿੱਛੇ ਨਿਊ ਚਾਚੀ ਬਸ ਸਭ ਹੀ ਫੜ ਜਾਏਗਾ ਆ ਪਕੜਿਆ ਪਰਸ ਇਹਨਾਂ ਦਾ ਵਨਸ ਮੋਰ ਮੈਮ ਮੈਚ ਅਪ ਬਸ ਹੋ ਗਿਆ ਹੋ ਆਪਣਾ
Thank you.
Thank you.
ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਅਰਦਾਸ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਡਿਠਿਆ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧਾਵੈ ਧਾਏ ਸਭ ਥਾਈ ਹੁਣਾ ਜੀ ਸਹਾਇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੁਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨ ਕਰਕੇ ਬੋਲੋ ਜੀ ਨਿਮਾਣਿਓ ਕੇ ਮਾਣ ਸਤਿਗੁਰੂ ਨਿਤਾਣਿਓ ਕੇ ਤਾਣ ਸਤਿਗੁਰੂ ਨਿਓਟਿਓ ਕੀ ਓਟ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਫਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਆਪ ਜੀ ਨੇ ਦੋਹਾਂ ਪਰਿਵਾਰਾਂ 'ਤੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ ਦੋਹਾਂ ਪਰਿਵਾਰਾਂ ਦੇ ਸੰਯੋਗ ਮਿਲਾਏ ਹਨ ਸਤਿਗੁਰੂ ਆਪ ਜੀ ਦੇ ਮਿਲਾਏ ਹੋਏ ਸੰਯੋਗਾਂ ਦਾ ਸਦਕਾ ਇਸ ਵੇਲੇ ਆਪ ਜੀ ਦੀ ਦਰਸਾਈ ਹੋਈ ਮਰਿਆਦਾ ਦੇ ਅਨੁਸਾਰ ਸੁਭਾਗ ਜੋੜੀ ਦੇ ਆਨੰਦ ਕਾਰਜ ਰਸਮ ਅਦਾ ਹੋਣ ਲੱਗੀ ਹੈ ਸਤਿਗੁਰੂ ਜੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਨੰਦ ਕਾਰਜ ਰਸਮ ਅਦਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸੇਵਕ ਪਰਿਵਾਰਾਂ ਦੇ ਰਹਿੰਦੇ ਹੋਏ ਕਾਰਜ ਆਪ ਜੀ ਨੇ ਨਿਰਵਿਘਨ ਸੰਪੂਰਨ ਕਰਵਾਉਣੇ ਦੋਹਾਂ ਪਰਿਵਾਰਾਂ ਵਿੱਚ ਪਰਸ ਪਰ ਪਿਆਰ ਦੀ ਬਖਸ਼ਿਸ਼ ਕਰਨੀ ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੋ ਜੀ ਆਨੰਦ ਕਾਰਜ ਰਸਮ ਅਦਾ ਕਰਨ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਏ ਸੰਦਰੀ ਕਾਨਰ ਮੋਹਲਾ ਨਾਮ ਪੰਦਰੀ ਗਾਲੀ ਵੱਧ ਜਲਵੀ ਨਿਰੰਤਰ ਗੁਰਦਾਸ ਦੇਖੀ ਲੱਖ ਖੁਸ਼ੀਆਂ ਮਾਤ ਸਾਹੀਆਂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਦਰੀ ਮਹਲਾ ਲੜਕੇ ਦੇ ਪਿਤਾ ਨੂੰ ਬੇਨਤੀ ਹੈ ਕਿ ਲੜਕੇ ਦਾ ਬੰਦਾ ਲੜਕੇ ਨੂੰ ਪੜ੍ਹਾਉਣ ਦੀ ਕਿਰਪਾਲ ਕਰਨ ਜੋ ਕਿ ਪੱਲੇ ਦਾ ਦੁੱਧ ਭਰਿਆ ਜਾਣ ਪਿਆਰ ਅਤੇ ਸਤਿਕਾਰ ਦੇ ਨਾਲ ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਨੀ ਹੈ।
ਅਤੇ ਆਪਣੇ ਖੱਬੇ ਹੱਥ ਨੂੰ ਰੱਖਦਿਆਂ ਹੋਇਆਂ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਹੌਲੀ ਹੌਲੀ ਉੱਪਰ ਦੀ ਪਰਿਕਰਮਾ ਕਰਦੀਆਂ ਹਨ ਅਤੇ ਇਸੇ ਤਰ੍ਹਾਂ ਹੀ ਆਪੋ ਆਪਣੀ ਜਗ੍ਹਾ ਤੇ ਆ ਕੇ ਦੋਨਾਂ ਜਾਣਿਆਂ ਨੇ ਬੈਠ ਜਾਣਾ ਹੈ। ਸੋ ਫਿਰ ਦੁਆਰਾ ਬੇਨਤੀ ਹੈ ਕਿ ਹੁਣ ਲਾਵਾਂ ਦੇ ਪਾਠ ਹੋਣੇ ਹਨ, ਭਾਈ ਸਾਹਿਬ ਲਾਵਾਂ ਦੇ ਪਾਠ ਕਰਨਗੇ। ਜਦੋਂ ਵੀ ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਪਵਿੱਤਰ ਨਾਮ ਆਵੇ। ਸੋ ਸੁਭਾਗ ਜੋੜੀ ਨੇ ਗੁਰੂ ਮਹਾਰਾਜ ਨੂੰ ਪਿਆਰ ਅਤੇ ਸਤਿਕਾਰ ਦੇ ਨਾਲ ਨਮਸਕਾਰ ਕਰਨੀ ਹੈ ਅਤੇ ਆਪਣੇ ਖੱਬੇ ਹੱਥ ਨੂੰ ਰੱਖਦਿਆਂ ਹੋਇਆਂ ਹੌਲੀ ਹੌਲੀ ਉੱਪਰ ਦੀ ਪਰਿਕਰਮਾ ਕਰਨੀਆਂ ਹਨ ਅਤੇ ਇਸੇ ਤਰ੍ਹਾਂ ਹੀ ਆ ਕੇ ਆਪੋ ਆਪਣੀ ਜਗਤ ਦੇ ਦੋਨਾਂ ਜਾਣਿਆਂ ਨੇ ਬੈਠ ਜਾਣਾ ਹੈ। ਸੋ ਹੁਣ ਭਾਈ ਸਾਹਿਬ ਲਾਵਾਂ ਦੇ ਪਾਠ ਕਰਨ। ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਚੌਥਾ, ਹਰ ਵੇਲੜੀ ਲਾਭ ਪਰਮਿਰਤੀ ਕਰਮ ਦੜਾ ਕਾਏ ਜਨ
Thank you.
Thank you.
वाहे
ਨਾਮ ਚਿਤ ਆਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਪਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਵਿਸਾਹ ਦਾਨ ਵਿਵੇਕ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰਾ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਗਰੀਬ ਨਵਾਜ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਓ ਕੇ ਮਾਣ ਸਤਿਗੁਰੂ ਨਿਤਾਣਿਓ ਕੇ ਤਾਣ ਸਤਿਗੁਰੂ ਨਿਓਟਿਓ ਕੀ ਓਟ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਵਿੱਤਰ ਚਰਨ ਕਮਲਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਨਿਰੰਕਾਰ ਦਾਤਾ ਜੀਓ ਆਪ ਜੀ ਦੇ ਅਪਾਰ ਕਿਰਪਾ ਹੋਈ ਹੈ ਆਪ ਜੀ ਨੇ ਦੋਹਾਂ ਪਰਿਵਾਰਾਂ ਦੇ ਸੰਯੋਗ ਮਿਲਾਏ ਹਨ ਸਤਿਗੁਰੂ ਜੀ ਆਪ ਜੀ ਦੇ ਮਿਲਾਏ ਹੋਏ ਸੰਯੋਗਾਂ ਦਾ ਸਦਕਾ ਇਸ ਵੇਲੇ ਸਤਿਗੁਰੂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਜੀ ਦੀ ਦਰਸਾਈ ਹੋਈ ਮਰਿਆਦਾ ਦੇ ਅਨੁਸਾਰ ਸਤਿਕਾਰਯੋਗ ਸਰਦਾਰ ਅਮਰੀਕ ਸਿੰਘ ਜੀ ਡਾਕਟਰ ਆਫ ਸਰਦਾਰ ਗੁਰਮਿੰਦਰ ਕੌਰ ਜੀ ਪਿੰਡ ਮੋੜੀ ਤੋਂ ਸਤਿਗੁਰੂ ਜੀ ਕਾਕਾ ਸ਼ਰਨਦੀਪ ਸਿੰਘ ਸਨੋ ਸਰਦਾਰ ਤਾਰਾ ਸਿੰਘ ਜੀ ਪਿੰਡ ਨਾਗਰਾ ਤੋਂ ਦੋਹਾਂ ਹੀ ਸੁਭਾਗ ਜੋੜੀ ਦੇ ਆਨੰਦ ਕਾਰਜ ਆਪ ਜੀ ਦੀ ਦਰਸ਼ਾਈ ਹੋਈ ਮਰਿਆਦਾ ਦੇ ਅਨੁਸਾਰ ਸਤਿਗੁਰੂ ਜੀ ਸੰਪੂਰਨ ਕਰਵਾਏ ਹਨ ਸਮੁੱਚੀ ਗੁਰਬਾਣੀ ਉਚਾਰਨ ਕਰਦਿਆਂ ਸੁਭਾਗ ਜੋੜੀ ਤੋਂ ਆਪ ਜੀ ਦੀ ਪਰਿਕਰਮਾ ਕਰਦਿਆਂ ਸਤਿਗੁਰੂ ਆਨੰਦ ਸਾਹਿਬ ਜੀ ਦੇ ਜਾਪ ਕਰਦਿਆਂ ਆਪ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸੰਗਤਾਂ ਪਾਸੋਂ ਹਾਜ਼ਰੀਆਂ ਭਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਖਿਮਾ ਕਰਦੇ ਨੇ ਅੱਗੋ ਵਾਸਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੁਧ ਤੇ ਸੁਪਸ਼ਟ ਗੁਰਬਾਣੀ ਪੜ੍ਹਨ ਆਪ ਜੀ ਦੇ ਸੇਵਾ ਸੰਭਾਲ ਕਰਨ ਦੇ ਬਲ ਉਦਮ ਚਾਓ ਬਖਸ਼ਿਸ਼ ਕਰਨੇ ਸਤਿਗੁਰੂ ਜੀ ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗ੍ਰਿਸ਼ਤ ਆਸ਼ਰਮ ਵਿੱਚ ਚੱਲਣ ਦੀ ਬਲ ਤਾਕਤ ਬਖਸ਼ਿਸ਼ ਕਰਨੀ ਦੋਹਾਂ ਪਰਿਵਾਰਾਂ ਵਿੱਚ ਪਰਸ਼ ਪਰ ਪਿਆਰ ਦੀ ਬਖਸ਼ਿਸ਼ ਕਰਨੀ ਸੇਵਕ ਪਰਿਵਾਰਾਂ ਦੇ ਰਹਿੰਦੇ ਹੋਏ ਕਾਰਜ ਆਪ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਨਿਰਵਿਘਨ ਸੰਪੂਰਨ ਕਰਵਾਉਣੇ ਦੋਹਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਖੁਸ਼ੀਆਂ ਆਪ ਜੀ ਦੇ ਨਾਲ ਸਾਂਝਿਆ ਕਰਦਿਆਂ ਹੋਇਆ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਹਨ ਆਪ ਜੀ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪਰਲੋਕ ਸਵਾਰ ਦੇਣਾ ਦੋ ਜਹਾਨੇ ਪੜਦੇ ਢੱਕਣੇ ਸੰਸਾਰ ਅੰਦਰ ਵਿਚਰਦਿਆਂ ਮਾਨ ਵਡਿਆਈ ਪਦ ਬਖਸ਼ਿਸ਼ ਕਰਨੀ ਸਤਿਗੁਰੂ ਜੀ ਕਿਰਤ ਕਮਾਈਆਂ ਨੂੰ ਸਫਲਿਆ ਕਰਦਿਆਂ ਹੋਇਆ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸਤਿਕਾਰਯੋਗ ਸਰਦਾਰ ਤਾਰਾ ਸਿੰਘ ਜੀ ਨਾਗਰਾ ਤਿੰਨਾਂ ਵਕਤ ਵੱਲੋਂ ਸਤਿਗੁਰੂ ਗੁਰੂ ਘਰ ਵਾਸਤੇ 2100 ਰੁਪਏ ਭੇਟਾ ਕੀਤੇ ਹਨ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਪ੍ਰਾਇਮਰੀ ਸਕੂਲ ਛੋਟੇ ਸਕੂਲ ਵਾਸਤੇ ਵੀ ਸੇਵਕ ਪਰਿਵਾਰ ਵੱਲੋਂ 1100 ਰੁਪਏ ਭੇਟਾ ਕੀਤੇ ਹਨ। ਇਸੇ ਤਰ੍ਹਾਂ ਹੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਤਿਕਾਰਯੋਗ ਸਰਦਾਰ ਅਮਰੀਕਜੀਤ ਸਿੰਘ ਜੀ ਸਾਰੇ ਪਰਿਵਾਰ ਵੱਲੋਂ ਗੁਰੂ ਘਰ ਵਾਸਤੇ 1100 ਰੁਪਏ ਭੇਟਾ ਕੀਤੇ ਹਨ। ਧੰਨ ਧੰਨ ਬਾਬਾ ਬੱਗੂਵਾਲਾ ਸਾਹਿਬ ਜੀ ਆਪ ਜੀ ਦੇ ਪਾਵਨ ਪੁੱਤਰ ਸਥਾਨਾਂ ਵਾਸਤੇ ਵੀ ਸੇਵਕ ਪਰਿਵਾਰ ਵੱਲੋਂ 1100 ਰੁਪਏ ਭੇਟਾ ਕੀਤੇ ਹਨ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਇ ਕੇ ਜਾਹੀ ਦੇ ਕੀਤਾ ਹੋਇਆ ਪੁੰਨ ਦਾਨ ਪ੍ਰਫੁੱਲਤ ਕਰਨਾ ਬੀਜਿਆ ਹਰਿਆ ਕਰਨਿਆ ਏਕ ਤੋਂ ਅਨੇਕ ਕਰਨੀ ਸਤਿਗੁਰੂ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ
ਪਵਿੱਤਰ ਕੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਕੀਤੀ ਹੈ ਆਪ ਜੀ ਭੋਗ ਲਾਵੋ ਭੋਗ ਲੱਗਿਆ ਸੀਤ ਪ੍ਰਸ਼ਾਦ ਆਪ ਜੀ ਕੀ ਸਾਧ ਸੰਗਤ ਕੋ ਮਿਲੇ ਜੋਸ਼ ਕੇ ਆਪ ਜੀ ਦਾ ਹੀ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਜੀ ਦਰਗਾਹੀ ਫਰਮਾਨ ਬਖਸ਼ ਕੇ ਸੰਤਾਂ ਨੂੰ ਨਿਹਾਲ ਕਰੋ ਸੁਖ ਹੋਵੇ ਨਾਮ ਚੇਤੇ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾਈ ਭਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਾਬੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰੀ ਉਤਾਰਨ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰੀ ਉਤਾਰਨ ਹਾਰ ਬੋਲੇ ਕਿਰਪਾ ਪ੍ਰਭ ਦੀਨ ਦਿਆਲਾ
ਗੁਣ ਮੰਗੈ ਸੰਤ ਰਵਾਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤ ਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ ਦਰਸਾਏ ਹੋਏ ਮਰਿਆਦਾ ਦੇ ਅਨੁਸਾਰ ਸੁਭਾਗ ਜੋੜੀ ਦੇ ਅਨੰਦ ਵਿਵਾਹ ਅਨੰਦ ਕਾਰ ਦੀ ਰਸਮ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਕਰਵਾਈ ਗਈ ਹੈ। ਅੱਜ ਤੋਂ ਸੁਭਾਗ ਜੋੜੀ ਗ੍ਰਿਸ਼ ਧਰਮ ਵਿੱਚ ਕਵਿਰਤ ਕਰ ਚੁੱਕੇ ਹਨ ਕਿਉਂਕਿ ਸਤਿਗੁਰੂ ਜੀ ਦੇ ਸਨਮੁਖ ਬੈਠ ਕਰਕੇ ਸੁਭਾਗ ਜੋੜੀ ਨੇ ਚਾਰ ਲਾਵਾਂ ਸਤਿਗੁਰਾਂ ਦੀ ਪਰਿਕਰਮਾ ਕਰਕੇ ਬਾਣੀ ਸ਼ਰਵਣ ਕਰਕੇ ਇੱਕ ਦੂਸਰੇ ਨੂੰ ਅੱਜ ਤੋਂ ਆਪਣਾ ਜੀਵਨ ਸਾਥੀ ਚੁਣਿਆ ਹੈ। ਸਤਿਗੁਰੂ ਕਿਰਪਾ ਕਰਨ ਰਹਿੰਦੇ ਸੰਸਾਰ ਤੱਕ ਇਹ ਦੋ ਸੁਭਾਗ ਜੋੜੀ ਦੀ ਆਪਸ ਵਿੱਚ ਬਣਾਵੇ। ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੁਣ ਸਭ ਤੋਂ ਪਹਿਲਾਂ ਗੁਰੂ ਘਰ ਦਾ ਸਤਿਕਾਰ ਸੁਭਾਗ ਜੋੜੀ ਨੂੰ ਸਿਰ ਪਾਉ ਦੀ ਬਖਸ਼ਿਸ਼ ਕੀਤੀ ਜਾਣੀ ਹੈ ਔਰ ਸੇਵਕ ਪਰਿਵਾਰਾਂ ਨੇ ਮਾਇਆ ਭੇਟਾਂ ਕੀਤੀ ਹੈ ਉਹਨਾਂ ਨੂੰ ਵੀ ਗੁਰੂ ਘਰ ਦਾ ਸਤਿਕਾਰ ਸਿਰ ਪਾਉ ਦੀ ਬਖਸ਼ਿਸ਼ ਕਰਵਾਉਣੀ ਹੈ ਜੀ। ਫਿਰ ਸੁਭਾਗ ਜੋੜੀ ਨੂੰ ਕੇਵਲ ਮਾਤਾ ਪਿਤਾ ਇੱਥੇ ਸ਼ਗਨ ਦੀ ਰਸਮ ਕਰਨਗੇ ਬਾਕੀ ਸਾਰੇ ਪਰਿਵਾਰਾਂ ਨੇ ਸੇਵਕ ਪਰਿਵਾਰ ਵੱਲੋਂ ਪਿੰਡ ਵਿੱਚ ਜੋ ਪੈਲਸ ਹੈ ਉੱਥੇ ਪ੍ਰਬੰਧ ਕੀਤਾ ਸਾਰਿਆਂ ਨੇ ਸੁਭਾਗ ਜੋੜੀ ਨੂੰ ਆਸ਼ੀਰਵਾਦ ਉੱਥੇ ਦੇਣਾ ਹੈ ਜੀ। ਆਓ ਜੀ ਆਪਾਂ ਸਾਰਿਆਂ ਤੋਂ ਪਹਿਲਾਂ ਸੁਭਾਗ ਜੋੜੀ ਨੂੰ ਸਿਰ ਪਾਉ ਦੀ ਬਖਸ਼ਿਸ਼ ਕਰਵਾਈਏ ਜੀ। ਬੋਲੇ ਸੋਨੇਹਾ ਸਤਿ ਸ੍ਰੀ ਅਕਾਲ। ਸਤਿਕਾਰਯੋਗ ਸਰਦਾਰ ਤਾਰਾ ਸਿੰਘ ਜੀ ਜੋ ਕਿ ਆਪਣੇ ਨਗਰ ਵਿਖੇ ਬਰਾਤ ਲੈ ਕੇ ਆਏ ਹਨ ਉਹਨਾਂ ਨੂੰ ਗੁਰੂ ਘਰ ਦਾ ਸਤਿਕਾਰ ਸਿਰ ਪਾਉ ਦੀ ਬਖਸ਼ਿਸ਼ ਕੀਤੀ ਜਾਣੀ ਹੈ ਜੀ। ਸਤਿਗੁਰਾਂ ਦੇ ਸਨਮੁਖ ਪਹੁੰਚ ਕਰਕੇ ਗੁਰੂ ਦਾ ਸਤਿਕਾਰ ਪ੍ਰਾਪਤ ਕਰੋ ਜੀ। ਨਾਲ ਹੀ ਸਤਿਕਾਰ ਯੋਗ ਸਰਦਾਰ ਅਮਰੀਕ ਸਿੰਘ ਜੀ ਨੂੰ ਵੀ ਬੇਨਤੀ ਕਰੀਏ ਉਹ ਵੀ ਸਤਿਗੁਰਾਂ ਦੇ ਸਨਮੁਖ ਪਹੁੰਚ ਜਾਣ ਜੀ, ਗੁਰੂ ਦਾ ਸਤਿਕਾਰ ਉਹ ਵੀ ਪ੍ਰਾਪਤ ਕਰ ਲੈਣ। ਬੋਲੇ ਆਓ ਜੀ ਸ਼ੁਰੂ ਕੇਵਲ ਸੁਭਾਗ ਜੋੜੀ ਦੇ ਮਾਤਾ ਪਿਤਾ ਜੀ ਹਨ ਉਹਨਾਂ ਨੇ ਸ਼ਗਨ ਦੀ ਰਸਮ ਅਦਾ ਕਰਨੀ ਹੈ। ਨਾਲ ਹੀ ਸੁਭਾਗ ਜੋੜੀ ਦੇ ਸਿਗਨੇਚਰ ਸਰਟੀਫਿਕੇਟ ਤੇ ਕਰਾਏ ਜਾਣਗੇ ਉਪਰੰਤ ਬਾਅਦ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਣੀ ਹੈ। ਬੜੇ ਅਦਬ ਸਤਿਕਾਰ ਦੇ ਨਾਲ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਨੀ ਅਤੇ ਫਿਰ ਸਾਰਿਆਂ ਨੇ ਸੇਵਕ ਪਰਿਵਾਰ ਵੱਲੋਂ ਅਗਲਾ ਜੋ ਪ੍ਰੋਗਰਾਮ ਲਿਖਿਆ ਹੈ ਸੇਵਕ ਪਰਿਵਾਰ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਆਪਾਂ ਸਾਰਿਆਂ ਨੇ ਖੁਸ਼ੀ ਵਿੱਚ ਸ਼ਾਮਿਲ ਹੋ ਕੇ ਸੇਵਕ ਪਰਿਵਾਰ ਵੱਲੋਂ ਵਧਾਈਆਂ ਦੇ ਪਾਤਰ ਬਣਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਜੀ ਤਾਂ ਬੈਠ ਜਾਓ ਇੱਕ ਮਿੰਟ ਪਲੀਜ਼, ਰਿਲੈਕਸ ਹੋ ਕੇ ਆਰਾਮ ਨਾਲ ਚੌਂਕੜੀ ਮਾਰ ਕੇ ਬੈਠੋ ਨਾਲ ਭਾਈ ਜੀ। ਅੱਗੇ ਤੁਸੀਂ ਸੈਂਟਰ ਸੈਂਟਰ 'ਚ ਆ ਜਾਓ, ਇੱਥੇ ਆ ਜਾਓ। ਹਾਂਜੀ ਪਲੀਜ਼ ਦੇਖਿਓ ਸਾਹਮਣੇ ਇੱਕ ਮਿੰਟ ਸਾਹਮਣੇ ਦੇਖਿਓ ਚਲੋ। ਹਾਂਜੀ ਓਕੇ ਇਹ ਸੜੀ ਵੇਟ ਕਰਿਓ ਪਲੀਜ਼ ਸਾਹਮਣੇ ਦੇਖਿਓ ਆਂਟੀ ਜੀ। ਹਾਂਜੀ ਇੱਧਰ ਦੇਖਣਾ ਇੱਥੇ ਸਾਰਿਆਂ ਨੇ ਜੀ। ਯੈਸ ਲੁੱਕ ਹੈ ਪਲੀਜ਼ ਵੇਟ ਵਨਸ ਮੋਰ। ਆਂਟੀ ਪਾਓ ਸ਼ਗਨ ਭਾਈ ਝੋਲੀ ਖੋਲ ਲਓ।
ਮੈਨੂੰ ਵੀ ਕਰਵਾ ਦੇ ਮੰਮੀ ਤਾਂ ਇੱਧਰ ਉੱਠ ਕੇ ਆ ਜਾਓ ਇੱਧਰ ਪਿੱਛੇ ਖੜੇ ਹੋ ਕੇ ਫੋਟੋ ਕਰਾ ਜੀ ਖੜੇ ਹੋ ਜਾਓ ਨਾਲ ਬਸ ਠੀਕ ਹੈ ਅੰਕਲ ਜੀ ਸਾਹਮਣੇ ਦੇਖਿਓ ਆ ਜਾਓ ਪਰਸ ਪਾ ਲਓ ਪਹਿਲੇ ਆ ਜਾਓ ਫੇਸ ਥੋੜ੍ਹਾ ਉੱਪਰ ਕਰਿਓ ਆਪਣਾ ਸਾਹਮਣੇ ਦੇਖਿਓ ਪਲੀਜ਼ ਇੱਕ ਮਿੰਟ ਜੀ ਇੱਕ ਮਿੰਟ ਰੁਕਿਓ ਇੱਦਾਂ ਹਾਂਜੀ ਅੰਕਲ ਮਾੜੇ ਇੱਦਾਂ ਹੋ ਜਾਓ ਥੋੜ੍ਹੇ ਹੋ ਜਾਓ ਨਾਲ ਹੋ ਜਾਓ ਜੀ ਨਾਲ ਹੋ ਜਾਓ ਹਾਂਜੀ ਇੱਦਾਂ ਦੇਖਣਾ ਬਾਈ ਮੈਮ ਇੱਦਾਂ ਲੁਕਿਆ ਪਲੀਜ਼ ਵੇਟ ਅੰਕਲ ਥੋੜ੍ਹਾ ਇੱਧਰ ਨੂੰ ਹੋ ਜਾਓ ਹਾਂਜੀ ਯੈਸ ਵੇਟ ਕਰਿਓ ਮੈਮ ਆਈਸ ਕਲੋਜ਼ ਆ ਗਈ ਇੱਧਰ ਜੀ ਠੀਕ ਹੈ ਜੀ ਭਾਅ ਜੀ ਦੋਨੋਂ ਸਾਹਮਣੇ ਦੇਖਿਓ ਇੱਧਰ ਪਲੀਜ਼ ਇੱਕ ਮਿੰਟ ਰੁਕ ਜਿਓ ਭਾਅ ਜੀ ਵੇਟ ਵੇਟ ਥੋੜ੍ਹਾ ਟਾਈਮ ਰੋ ਮੰਮੀ ਹੋਣਾਂ ਨੇ ਫੋਟੋ ਕਰਾਉਣੀ ਹੈ ਪਾਲੋ ਪਾਲੋ ਜੇਬ 'ਚ ਪਾਲੋ ਪਹਿਲਾਂ ਪਲੀਜ਼ ਠੀਕ ਹੈ ਜੀ ਇੱਧਰ ਦੇਖਿਓ ਥੋੜ੍ਹੇ ਨਾਲ ਹੋ ਜੀ ਬਸ ਠੀਕ ਹੈ ਪਲੀਜ਼ ਭਾਅ ਜੀ ਹਾਂਜੀ ਤੁਸੀਂ ਦੇਖਿਓ ਸਾਹਮਣੇ ਪਲੀਜ਼ ਵੇਖਿਓ ਪਲੀਜ਼ ਹਾਂਜੀ ਇੱਧਰ ਦੇਖਣਾ ਇੱਥੇ ਸਾਰਿਆਂ ਨੇ ਹਾਂਜੀ ਗੈਸ ਵੇਟ ਕਰਿਓ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਅ ਜੀ ਦੋਨੋਂ ਪਲੀਜ਼ ਸਾਹਮਣੇ ਦੇਖਿਓ ਜੀ ਹਲਕਾ ਫੇਸ ਟਰਨ ਕਰਨਾ ਤੁਹਾਡੇ ਕੋਲ ਸੈਲਰੀ